ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਅਤੇ ਮੈਂ ਜੱਸੀ ਬੜਾਇਆ ਚ। ਸੋ ਦੋਸਤੋ, ਅੱਜ ਅਸੀਂ ਇੱਕ ਬਹੁਤ ਹੀ ਖੂਬਸੂਰਤ ਫਿਲਮ ਦਾ ਨਾਮ ਹੈ ਮੋੜ, ਬਹੁਤ ਕਮਾਲ ਦੀ ਫਿਲਮ ਆ। ਸਾਡੇ ਪੰਜਾਬ ਦੇ ਲੋਕ ਨਾਇਕ ਜਿਉਣਾ ਮੋੜ, ਉਹਨਾਂ ਦੇ ਆਧਾਰ 'ਤੇ ਫਿਲਮ ਬਣੀ ਹੈ। ਉਪਰਾਲਾ ਕੀਤਾ ਰਿਧਮ ਵਾਇਜ ਨੇ ਅਤੇ ਕਾਰਜਗਲ ਭਾਅ ਸਾਡੇ ਨਾਲ ਮੌਜੂਦ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਠੀਕ ਠਾਕ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਨਾ ਪੂਰੇ ਪੰਜਾਬ ਦੀ ਤਰਫੋਂ ਮੈਂ ਦਿਲ ਦੀਆਂ ਕਹਿ ਰਹੀ ਹਾਂ ਤੁਹਾਡਾ ਸਵਾਗਤ ਕਰੂੰਗਾ। ਇਹ ਤੁਹਾਨੂੰ ਇਹ ਚੀਜ਼ ਜਿਵੇਂ ਵਧਾਈ ਦਿੰਦਾ ਕਿ ਰਿਧਮ ਵਾਇਜ ਜਦੋਂ ਕਰਦਾ ਇੱਕ ਵੱਖਰਾ ਕੰਮ ਕਰਦਾ ਸਾਡੇ ਸਿਨੇਮੇ ਲਈ, ਤੁਸੀਂ ਚਿੰਤਤ ਹੋ ਹੈ ਨਾ ਕਿ ਤੁਹਾਨੂੰ ਤੁਹਾਡੇ ਲਈ ਕੀ ਇੱਦਾਂ ਦੀ ਚੀਜ਼ਾਂ ਕਹਿੰਦੇ ਰਿਧਮ ਵਾਇਜ ਉਹ ਚੀਜ਼ ਬਣਾਉਂਦਾ ਜਿਹੜੀ ਚੀਜ਼ ਚੱਲਦੀ ਹੈ? ਪਤਾ ਨਹੀਂ ਯਾਰ, ਮੈਨੂੰ ਲੱਗਦਾ ਹਰ ਬੰਦਾ ਹੀ ਵਧੀਆ ਐਫਰਟ ਕਰ ਰਿਹਾ ਹੋਊਗਾ, ਜਿਹੜਾ ਵੀ ਜਿੰਨੇ ਵੀ ਮੇਕਰ ਜਿੰਨੇ ਵੀ ਫਿਲਮਾਂ ਬਣਾ ਰਹੇ ਨੇ ਇਹ ਕਹੀਂ ਵੀ ਨਾਲ ਐਫਰਟ ਕਰੀ ਜਾਈਦੀ ਹੈ। ਉਹ ਲੋਕਾਂ ਨੂੰ ਠੀਕ ਲੱਗ ਜਾਂਦੀ ਹੈ, ਬਸ ਮੈਨੂੰ ਲੱਗਦਾ ਲੋਕਾਂ ਦਾ ਪਿਆਰ ਹੈ, ਰੱਬ ਦੀ ਮਿਹਰ ਆ ਮੈਨੂੰ ਲੱਗਦਾ। ਹੋਰ ਐਡੀ ਕੋਈ ਸਪੈਸ਼ਲ ਚੀਜ਼ ਤਾਂ ਨਹੀਂ ਕਰਦੇ ਮੈਨੂੰ ਲੱਗਦਾ। ਮੈਂ ਜਰਨਲ ਭਾਅ ਜੀ ਨਾਲ ਗੱਲ ਕਰਦਾ ਸੀ, ਕਹਿੰਦੇ ਪਤਾ ਨਹੀਂ ਕੀ ਚੱਕਰ ਹੈ, ਕਹਿੰਦੇ ਸਾਨੂੰ ਲੋਕਾਂ ਦਾ ਇੰਨਾ ਪਿਆਰ ਮਿਲਦਾ, ਇਸ ਤਾਂ ਫਿਲਮ ਵੀ ਪਹਿਲੀ ਚੀਜ਼ ਗੋਲੀਆਂ ਚਲਾਈਆਂ ਨੇ ਔਰ ਉਹ ਵੀ ਫਿਲਮ ਦਾ ਹੱਕ ਬਣਦਾ ਸੀਗਾ ਤਾਂ ਚਲਾਈਆਂ ਨੇ, ਕਹਿੰਦੇ ਇਸ ਤਾਂ ਬੜੇ ਪਿਆਰ ਨਾਲ ਫਿਲਮ ਬਣਾਉਣੇ ਔਰ ਲੋਕਾਂ ਦਾ ਇੰਨਾ ਪਿਆਰ ਮਿਲਦਾ। ਜਾਂ ਅੰਗਰੇਜ਼ ਤੋਂ ਲੱਗੇ ਹੋਏ ਹੋ, ਜਾਂ ਅੰਗਰੇਜ਼ ਉਹਨਾਂ ਸਮਿਆਂ 'ਚ ਅੰਗਰੇਜ਼ ਬਣਾਈ ਸੀ ਤੁਸੀਂ ਜਦੋਂ ਲੋਕ ਸੋਚਦੇ ਵੀ ਨਹੀਂ ਸੀ ਯਾਰ ਇਹੋ ਜਿਹਾ ਸਿਨੇਮਾ ਹੁੰਦਾ। ਉਦੋਂ ਵੀ ਪੂਰੀ ਟੀਮ ਦਾ ਇੱਕ ਵਿਜ਼ਨ ਸੀਗਾ, ਇੱਕ ਸਾਰਿਆਂ ਨੇ ਇੱਕ ਸੋਚਿਆ ਕਿ ਇੱਕ ਵੱਖਰੀ ਜਿਹੀ ਚੀਜ਼ ਕਰਨੀ ਆ। ਸਾਰਿਆਂ ਨੇ ਮਿਹਨਤ ਕੀਤੀ, ਉਦੋਂ ਵੀ ਬਹੁਤ ਮਿਹਨਤ ਹੋਈ ਉਸ ਫਿਲਮ ਉੱਪਰ ਵੀ, ਅਤੇ ਰੱਬ ਨੇ ਚਲੋ ਮਿਹਰ ਕੀਤੀ ਅਤੇ ਲੋਕਾਂ ਨੇ ਪਿਆਰ ਦਿੱਤਾ। ਸੋ ਸੇਮ ਇਸ ਫਿਲਮ ਦੇ ਉੱਤੇ ਵੀ ਇੱਦਾਂ ਹੀ ਮਿਹਨਤ ਹੋਈ ਹੈ ਕਾਫੀ, ਅਤੇ ਟੀਜ਼ਰ ਆ ਗਿਆ, ਟ੍ਰੇਲਰ ਆ ਗਿਆ, ਲੋਕਾਂ ਨੂੰ ਠੀਕ ਲੱਗ ਰਿਹਾ ਮੈਨੂੰ ਲੱਗਦਾ। ਅਤੇ ਜਦੋਂ ਹੁਣ 9 ਜੂਨ ਨੂੰ ਫਿਲਮ ਰਿਲੀਜ਼ ਹੋਊਗੀ ਤਾਂ ਹੋ ਸਕਦਾ ਮਤਲਬ ਰੱਬ ਇਹ 'ਤੇ ਵੀ ਮਿਹਰ ਹੱਥ ਰੱਖੇ। ਅੱਛਾ, ਮੌੜ ਫਿਲਮ ਦੇ ਅਸੀਂ ਜਦੋਂ ਟ੍ਰੇਲਰ ਵੇਖਦੇ ਹਾਂ ਜਦੋਂ ਇਹ ਨਾਂ ਸੁਣਦੇ ਹਾਂ ਹੈ ਨਾ, ਤਾਂ ਬਹੁਤ ਇੱਕ ਲੱਗਦਾ ਕਿ ਸੌਖਾ ਕੰਮ ਨਹੀਂ ਸੀ ਇਸ ਫਿਲਮ ਨੂੰ ਬਣਾਉਣਾ, ਅਤੇ ਮੈਂ ਤੁਹਾਡੇ ਤੋਂ ਪੁੱਛਣ ਦਾ ਕਿਹੜੀਆਂ ਤੁਹਾਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਫਿਰ ਫਿਲਮ ਸਾਡੇ ਤੱਕ ਪਹੁੰਚੀ? ਕਠਿਨਾਈਆਂ ਮੈਨੂੰ ਲੱਗਦਾ ਜੇ ਕਠਿਨਾਈਆਂ ਵੈਸੇ ਤਾਂ ਜਿਹੜੇ ਵੀ ਕੁਝ ਕੰਮ ਤੁਸੀਂ ਚੰਗਾ ਕੰਮ ਜਾਂ ਕਿਤੇ ਵੱਡਾ ਕੰਮ ਕਰ ਰਹੇ ਹੁੰਦੇ ਹੋ, ਤੁਸੀਂ ਵਿਆਹ ਵੀ ਆਰੰਭਿਆ ਹੋਵੇ ਤਾਂ ਉਹਦੇ ਵਿੱਚ ਵੀ ਚਾਰ ਚੀਜ਼ਾਂ ਇੱਦਾਂ ਦੀਆਂ ਹੋ ਹੀ ਜਾਂਦੀਆਂ ਹੁੰਦੀਆਂ ਵੀ ਜਿਹੜਾ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੁੰਦੀ ਹੈ। ਸੋ ਐਸ ਸੱਚ ਕੋਈ ਉੱਦਾਂ ਨਹੀਂ ਜਿਵੇਂ ਵੈਦਰ ਦਾ ਸੀਗਾ, ਵਿੱਚੋਂ ਸਾਡੇ 10-15 ਦਿਨ ਇੱਦਾਂ ਦੇ ਖਰਾਬ ਹੋਏ ਕਿ ਉੱਥੇ ਰਾਜਸਥਾਨ ਦੇ ਵਿੱਚ ਇੰਨੀ ਫੌਗ ਪਈ ਕਿ ਬੰਦੇ ਨੂੰ ਬੰਦਾ ਨਹੀਂ ਦੇਖਦਾ ਸੀ। ਹਾਂਜੀ, ਅਤੇ ਪਲੱਸ ਜਿਵੇਂ ਤੁਸੀਂ ਇਹ ਫਿਲਮ 'ਚ ਘੋੜੇ ਬਹੁਤ ਯੂਜ਼ ਹੋਏ ਆ, ਹੁਣ ਜਦੋਂ ਤੁਸੀਂ ਕਿਸੇ ਜਾਨਵਰ ਦੇ ਨਾਲ ਸ਼ੂਟ ਕਰਦੇ ਹੋ ਨਾ, ਅਤੇ ਉਹ ਥੋੜ੍ਹੀ ਜਿਹੀ ਡਿਫੀਕਲਟੀ ਆਉਂਦੀ ਉਹਦੇ ਵਿੱਚ, ਕਿਉਂਕਿ ਤੁਹਾਨੂੰ ਇੱਕ ਬਹੁਤ ਵੱਡਾ ਕੋਈ ਲੱਗਾ ਚੌੜ 'ਤੇ ਆਏ ਘੋੜੇ, 20 ਘੋੜੇ ਭੱਜਦੇ ਆਉਣ ਡਿਆ ਕਿਤੇ, ਉਹਦੇ ਵਿੱਚ ਇੱਕ ਘੋੜਾ ਵਿੱਚ ਖਲੋ ਗਿਆ, ਉਹਨੂੰ ਮੁੜ ਕੇ ਰੀਸੈਟ ਕਰਨ ਵਾਸਤੇ ਪਿੱਛੇ ਜਾਓ, ਘੋੜੇ ਲੈ ਕੇ ਜਾਓ, 20 ਮਿੰਟ 25 ਮਿੰਟ ਲੱਗ ਜਾਂਦੇ ਹੈ ਨਾ, ਥੋੜ੍ਹੀ ਪਤਾ ਵੀ ਛੂਟ ਚੱਲਦਾ, ਥੋੜ੍ਹਾ ਪਤਾ ਛੂਟ ਚੱਲਦਾ ਹੈ ਨਾ, ਔਰ ਜਾਨਵਰ ਨੇ ਕਿੱਥੇ ਆ ਕੇ ਖਲੋਣਾ ਉਹਨੂੰ ਇਹ ਵੀ ਨਹੀਂ ਪਤਾ ਹੈ ਨਾ। ਸੋ ਉਸ ਕੰਮ ਵਿੱਚ ਥੋੜ੍ਹੀ ਜਿਹੀ ਉਹ ਡਿਫੀਕਲਟੀ ਤਾਂ ਹੁੰਦੀ ਆ ਕਿ ਜਦੋਂ ਤੁਸੀਂ ਜਾਨਵਰਾਂ ਨਾਲ ਸ਼ੂਟ ਕਰਦੇ ਹੋ ਅਤੇ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਕੁਛ ਇਹ ਵੀ ਨਹੀਂ ਵੀ ਕਰ ਸਕਦੇ ਕਿ ਉਹਨੂੰ ਕੀ ਕਹੋਗੇ ਹੈ ਨਾ। ਸੋ ਇਸ ਕਰਕੇ ਇਹ ਥੋੜ੍ਹੇ ਥੋੜ੍ਹੇ ਪ੍ਰੋਬਲਮ ਤਾਂ ਸੀਗੀਆਂ, ਪਰ ਇੰਜੋਏ ਕੀਤਾ ਪੂਰਾ। ਤੁਸੀਂ ਸਟੋਰੀ ਤੁਸੀਂ ਦੱਸਿਆ ਸੀਗਾ, ਤੁਸੀਂ ਇਸ ਸਟੋਰੀ ਬਣਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਕਿਤਾਬਾਂ ਨੂੰ ਰੀਡ ਕੀਤਾ, ਕਿਤਾਬਾਂ ਨੂੰ ਪੜ੍ਹਿਆ ਹੈ ਨਾ, ਅਤੇ ਜਦੋਂ ਜਿਉਣੇ ਦੀ ਗੱਲ ਆਉਂਦੀ ਸੀ, ਜਿਉਣਾ ਮੋੜ ਦੀ ਗੱਲ ਆਉਂਦੀ ਸੀ, ਤਾਂ ਸਾਡੀ ਨਜ਼ਰ 'ਚ ਇੱਕ ਜਦੋਂ ਅਸੀਂ ਜਿਉਣਾ ਮੋੜ ਫਿਲਮ ਵੇਖਦੇ ਤਾਂ ਐਂ ਸੀ ਗੁੱਗੂ ਭਾਅ ਜੀ ਜਿਉਣਾ ਮੋੜ ਸਾਨੂੰ ਉਹੀ ਲੱਗਦੇ ਸੀ ਹੈ ਨਾ, ਅਤੇ ਤੁਸੀਂ ਜਦੋਂ ਜਿਉਣਾ ਮੋੜ ਕਿਤਾਬ ਪੜ੍ਹ ਰਹੀ ਤਾਂ ਕਿੱਥੋਂ ਹੈ ਵੀ ਐਮੀ ਭਾਅ ਜੀ ਨੂੰ ਇਸ ਕਰੈਕਟਰ ਦੇ ਵਿੱਚ ਆਪਾਂ ਨੇ ਫਿੱਟ ਕਰਨਾ? ਪਹਿਲੀ ਗੱਲ ਤਾਂ ਇਹ ਕਿ ਇਹ ਜਿੰਨਾ ਵੀ ਰਿਸਰਚ ਕੀਤੀ ਆ, ਜਿੰਨੀ ਸਟੱਡੀ ਕੀਤੀ ਆ, ਇਹ ਸਾਡੇ ਡਾਇਰੈਕਟਰ ਸਾਹਿਬ ਜਿਹੜੇ ਮੌਰ ਸਾਹਿਬ ਨੇ, ਜਤਿੰਦਰ ਮੌਰ ਸਾਹਿਬ, ਇਹ ਉਹਨਾਂ ਦੀ ਐਫਰਟ ਆ ਸਾਰੀ, ਮਤਲਬ 100% ਜਿਹੜੀ ਆ ਉਹਨਾਂ ਦੀ ਐਫਰਟ ਆ। ਅਸੀਂ ਤਾਂ ਨਾਲ ਐਵੇਂ ਬੈਠੇ ਗੱਲਾਂ ਗੁੱਲਾਂ ਮਾਰਦੇ ਰਹੀਦਾ ਐਵੇਂ, ਅਤੇ ਜਦੋਂ ਪੂਰੀ ਰਿਸਰਚ ਹੋਈ, ਜਦੋਂ ਸਾਰਾ ਕੁਛ ਹੋਇਆ, ਪੂਰੇ ਕਰੈਕਟਰ ਬਾਰੇ ਪਤਾ ਲੱਗਾ, ਵੇਖਿਆ ਚੀਜ਼ਾਂ ਕੀਤੀਆਂ ਕਿ ਕਿੱਦਾਂ ਦਾ ਸੀਗਾ, ਕਿੱਦਾਂ ਦਾ ਕੱਦ ਕਾਠ ਸੀਗਾ, ਕਿੱਦਾਂ ਦਾ ਚਿਹਰਾ ਹੁੰਦਾ ਸੀਗਾ, ਕਿਵੇਂ ਹੀ, ਅਤੇ ਉਹ ਸਾਰਾ ਕੁਝ ਵੇਖਣ ਤੋਂ ਬਾਅਦ, ਮਤਲਬ ਜਿੰਨਾ ਸਾਨੂੰ ਕਿੱਸਿਆਂ 'ਚੋਂ, ਪਾਕਿਸਤਾਨ ਦੇ ਕਿੱਸਿਆਂ 'ਚੋਂ, ਇੰਡੀਆ ਵਾਲੇ ਕਿੱਸਿਆਂ 'ਚੋਂ, ਪੁਰਾਣੀਆਂ ਕਿਤਾਬਾਂ 'ਚੋਂ ਸਮਝ ਆਈ, ਅਤੇ ਜਦੋਂ ਉਹ ਸਾਰਾ ਕਰੈਕਟਰ ਜਾਂ ਓਵਰਆਲ ਜਿਹਾ ਦੇਖਣ ਨੂੰ ਜਦੋਂ ਲੱਭਦਾ ਸੀ, ਤਾਂ ਉਹ ਲੱਗਦਾ ਸੀ ਕਿ ਐਮੀ ਵਿਰਕ ਦਾ ਕਰੈਕਟਰ ਹੈ, ਫਿਰ ਅਸੀਂ ਤਾਂ ਕਰਕੇ ਐਮੀ ਨੂੰ ਅਪਰੋਚ ਕੀਤਾ। ਬਹੁਤ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਕਰੈਕਟਰ ਨੂੰ ਨਿਭਾਇਆ, ਜੇ ਟ੍ਰੇਲਰ 'ਚ ਵੇਖਿਆ ਜੇ ਅਸੀਂ, ਬਹੁਤ ਡਾਇਲੋਗ ਵੀ ਜਿੱਥੇ ਉਹਨਾਂ ਨੇ ਲੱਗਦਾ ਕਿ ਫੋਰਸ ਦੇ ਨਾਲ ਬੋਲਣੇ ਉੱਥੇ ਉਸ ਤਰੀਕੇ ਦੇ ਨਾਲ ਬੋਲਣੇ, ਜਿੱਥੇ ਥੋੜ੍ਹੇ ਠਰਮੇ ਨਾਲ ਬੋਲਣੇ ਉੱਥੇ ਉਸ ਤਰੀਕੇ ਦੇ ਨਾਲ ਬੋਲਿਆ ਉਹਨਾਂ। ਹਾਂ ਬਿਲਕੁਲ, ਉਹਨਾਂ ਨੇ ਬਹੁਤ ਵਧੀਆ ਕਰੈਕਟਰ ਕੀਤਾ, ਬਾਕੀ ਵੀ ਜਿੰਨੇ ਆਰਟਿਸਟ ਨੇ, ਮਤਲਬ ਐਮੀ ਨੇ ਤਾਂ ਕਿਹਾ ਬਾ ਕਮਾਲ, ਥੈਂਕ ਯੂ ਐਮੀ ਨੇ ਤਾਂ ਕਿਹਾ ਬਾ ਕਮਾਲ ਉਹ 'ਚ ਪਰਫੋਰਮ ਕੀਤਾ ਵਾ, ਤੁਸੀਂ ਵੇਖੋਗੇ। ਉਸ ਤੋਂ ਇਲਾਵਾ ਬਾਕੀ ਕਰੈਕਟਰ ਜਿਹੜੇ ਦੇਵ ਹੋਣਾਂ ਨੇ, ਵਾਹ, ਮਤਲਬ ਵਿਕਰਮ ਹੋਣੀ ਸੀ, ਸਿੱਧੂ ਸਾਹਿਬ ਸੀਗੇ, ਇਹ 'ਚ ਮੈਂ ਅੱਗੇ ਵੀ ਗੱਲ ਕਰਦਾ ਸੀ, 4 ਕਰੈਕਟਰ ਇੱਦਾਂ ਦੇ ਆ ਜਿਨ੍ਹਾਂ ਨੇ ਡੈਬਿਊ ਕੀਤਾ, ਉਹਨਾਂ ਨੇ
चार करैक्टर डेब्यू किया पर चार करैक्टर तुम देखे तो यार बंदे यो ही कर सकते यो ही कर सकते सर के हर बंद ने बड़ी एफर्ट की। एक चीज़ असी बाद भी ये गल का जिक्र करते हों कि जो कोई प्रोडक्शन उस अपनी फिल्म बनाऊँगा ना तो हर एक होंगे यार असं अपने हीरो अगे रखिए है ना तो जो तुम जोड़ी भी बनाई बहुत सारिया फिल्म बनाई कहीं चीज़ होती भी अमरिंदर भाजी तुम कहते जो कहते भी इतने एक करैक्टर तुम कर लो वो आप पिछे हो लेंगे भी नहीं यार ये करैक्टर उन्होंने कर लो। हाँ ये गल हैगी जो उन्होंने लगता होंगे जिमें हूँ जोड़ी सी जोड़ी सबजैक्ट जोड़ा ही वो अमरिंदर होने वास्ते ही रेडी किया फेवरेट सबजैक्ट से जदों इन्हां नाल दलजीत होना नाल जदों गल हुई अमरिंदर ने सब तो पहलों कहा हाँ यार उन्होंने इस स्क्रिप्ट उन्होंने कर लो कोई प्रॉब्लम चीज़ का जिगरा चाहिए ना अपना एक इन्ना हरमन प्यारा कॉन्सैप्ट ये तो जोड़ी का कॉन्सैप्ट इदा जो पता से भी हिट सी वो कर भी सकते बिल्कुल सी जदों क्योंकि बहुत देर तो मैं लगता जदों अंबर अंग्रेज आप कर रहे हैं ये उदों की ही गल चलती कि फिल्म करनी है। हाँ ये उदों की गल चलती इससे सो इस गलों वो पिट सुनती है जिते उन्होंने लगता होंगे कहना ठीक है ओके कोई गल नहीं सू बहुत सारा तो थोनू प्यार आ पर एक उलांभा ये तुसी बचा सकते हो उन्होंने तक कि असं दिल्ली इच्छा कि उन्होंने असं मिलिए खुल के गल बात करिए पर सू मिलते नहीं बई उन्हें बई जी ये हम लांबा सीधा लै लो आप ही नहीं पिछे जो प्लैन बनया भी ही कि आके स्पैशली इसे काम वास्ते कि यार एक बार सारे मिलके जाइए क्योंकि जिमें एक सुभा हों ना वो थोड़ा अपने आप च रहने वाला बंदा है ना तो वो नहीं सामने बहुता आता जनू नहीं मतलब इदा नहीं कि चीज़ों का कुछ आता कि ठीक है यार कोई गल नहीं तो मैं थोड़ा दूर रहा इन्होंने गलों तो हाँ सो इस करके अदरवाइज तो कोई इदा का नहीं मसला। 4 सितंबर को सानू किहड़ा तुसीं सरप्राइज़ देना चाहुंदे हो कहते असीं अनुमान लगाया ना साडे मीडिया थोड़े सोर्स हुंदे आ कि ट्रकां ते कोई प्रोजैक्ट हो सकदा चल रहा कोई। हाँ क्या बात ट्रकां दे उत्ते ही आ ये असीं नज़ारा सानू चाह ही चढ़ जांदा वीरे है ना जदों कोई तुहाडे मूंह कोई वक्खरी चीज़ सुणदे आ असीं ते सानू हुण भी चाह चढ़दे थैंक यू वीरे। एक ना मैं थोनू बहुत सारे होर भी थोड़े ये लोग सवाल पूछते हो कि मैं भी यू सवाल पूछता सानू तो लगता कि अंग्रेज़ जे पार्ट 2 बनाना तो बहुत कुछ करना पेगा तो थोड़े जहन चल रहे कि अंग्रेज़ 2 बनाइए जदों की वे वे लैवल की उस टाइप की उस वन नू जस्टिफाई करने की कोई स्टोरी सामने आई तो डेफिनेटली बनावा अंग्रेज़ 2 बने नहीं जे स्टोरी आई तो उदा नहीं कोई स्टोरी सामने आए उड़े वधिया लैवल की तो बिल्कुल बनाऊंगा भी चंगी लगे अंग्रेज़ एक बहुत मैं कहना अज भी सुपर डुपर हिट आ असं अज भी अंग्रेज़ में देखना तो अज भी कहना यार क्या बात है अज भी उस फिल्म वर्ग का कोई मुकाबला है नहीं चल मेरा पुत फोर दिया चल रहा सिस्टम। हाँ गल पुछ लेनी उत्ते भी चल रहा पर वो सीरीज़ इदा ही कि जी अं पहले सोच के बनाई ही चल मेरा पुत के 1, 2, 3, 4 मतलब जिन्ना चिर रब की मेहर रही वह करते रहोंगे पर अदरवाइज बाकी कोई फिल्म भी इदा नहीं बनाई दी कि ये फिल्म चल गई है तो करके यदा टू बना लिए यार कुछ भी कोई भी स्टोरी रख के इदा नहीं सोचते अंग्रेज़ तो वड्डा ब्रांड तो मैं लगता कोई भी नहीं होना पंजाबी पंजाबी फिल्म इंडस्ट्री पर आप नहीं बना रहे क्योंकि उस लैवल की फिल्म स्टोरी जी हाली आ ही नहीं रही सामने चल मेरा पुत डिमांड कर दी अपने आप से अभी तो चाहते कि चल मेरा पुत आप तक लेके जाने भाई जी रब करे इदा ही हो थैंक यू समा देने के लिए दिल्ली अच्छा असं दिलों दुआव करते हैं पूरे पंजाब वालों पूरी पंजाबीयत वालों के मौड़ फिल्म सुपर डुपर हिट जाए तो हमेशा तुम साबी सिनेमे इदा ही कम करते रहो सा रिक्वेस्ट भी है तो साड़ी दिल्ली दुआव भी ने थैंक यू वैरी मच थैंक यू सो मच।